ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਨਾ ਦਿੱਤੇ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਹੱਕ ਵਿੱਚ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕਰਦਿਆਂ ਬਕਾਇਆ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਦਾ ਇਹ ਧਰਨਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਆਖਿਆ ਕਾਂਗਰਸ ਝੂਠੇ ਲਾਰੇ ਲਗਾ ਕੇ ਸੱਤਾ ਵਿੱਚ ਆਈ ਸੀ ਜੋ ਕਹਿਣੀ ਤੇ ਕਰਨੇ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਬਾਦਲ ਨੇ ਆਖਿਆ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪਣਾ ਕੰਮ ਕਾਜ ਛੱਡ ਕੇ ਰੋਸ ਧਰਨੇ ਦੇਣ ਲਈ ਮਜਬੂਰ ਹੋਇਆ ਨਜ਼ਰ ਆ ਰਿਹਾ ਹੈ। ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿੱਚ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਸੁਖਬੀਰ ਬਾਦਲ ਦੇ ਸਾਹਮਣੇ ਹੀ ਸਟੇਜ ਦੇ ਅੱਗੇ ਜਾ ਕੇ ਬੈਠਣ ਨੂੰ ਲੈ ਕੇ ਅਕਾਲੀ ਵਰਕਰ ਅਤੇ ਕਿਸਾਨ ਆਪਸ ਵਿੱਚ ਹੀ ਭਿੜ ਗਏ। ਮੌਕੇ ਤੇ ਮੌਜੂਦ ਸੁਖਬੀਰ ਬਾਦਲ ਤੇ ਮਜੀਠੀਆਂ ਨੇ ਸਾਰਿਆਂ ਨੂੰ ਹੱਥ ਜੋੜ ਕੇ ਮਾਮਲੇ ਨੂੰ ਸ਼ਾਂਤ ਕਰਨ ਨੂੰ ਕਿਹਾ। ਸਰਕਾਰ ਦੀ ਨੀਤੀ ਕਾਰਨ ਪਹਿਲੇ ਤਾਂ ਉਹਨਾਂ ਨੇ ਝੋਨਾ ਬੀਜਣ ਦੇ 10 ਦਿਨ ਲੇਟ ਕਰਾਇਆ। ਉਹ 10 ਦਿਨ ਇਸ ਲਈ ਲੇਟ ਕਰਾਇਆ ਕਿਉਂਕਿ ਸਰਕਾਰ ਬਿਜਲੀ ਨਹੀਂ ਦੇਣਾ ਚਾਹੁੰਦੀ ਸੀ। ਉਹਨਾਂ ਨੇ ਉਹ ਬਿਜਲੀ ਬਾਹਰ ਵੇਚੀ ਮੁਨਾਫਾ ਬਣਾਉਣ ਵਾਸਤੇ। ਝੋਨਾ ਲੇਟ ਕਰਾਤਾ, ਜਦੋਂ ਝੋਨੇ ਦੀ ਫਸਲ ਆਈ ਮੋਇਸਚਰ, ਕਿਉਂਕਿ ਮੌਸਮ ਸਰਦੀਆਂ ਦਾ ਉਜਾ ਹੁੰਦਾ ਤੇ ਮੋਇਸਚਰ ਲੈਵਲ 20-22 ਤੇ ਰਹਿਣ ਲੱਗ ਗਿਆ ਤੇ ਥੱਲੇ ਆ ਹੀ ਨਹੀਂ ਸਕਦਾ ਸੀ। ਬਹੁਤ ਵੱਡਾ ਨੁਕਸਾਨ ਕਿਸਾਨ ਦਾ ਹੋਇਆ। ਕਿਸਾਨ ਦੀ ਫਸਲ ਚੱਕਣ ਵਾਸਤੇ ਹਰ ਕਿਸਾਨ ਨੂੰ 100-150 ਰੁਪਏ ਕੁਇੰਟਲ ਰਿਸ਼ਵਤ ਦੇਣੀ ਪਈ ਤਾਂ ਉਹਨਾਂ ਦਾ ਝੋਨਾ ਚੱਕਿਆ ਗਿਆ। 15-15 ਦਿਨ ਕਿਸਾਨ ਮੰਡੀਆਂ 'ਚ ਰਾਤ ਨੂੰ ਰਹਿਣਾ ਪਿਆ, ਰੁਲਦੇ ਰਹੇ। ਜਿਹਨੂੰ ਜਿਹੜੇ ਸੌਦੇ ਹੋ ਜਾਂਦੇ ਸੀ, ਜਿਹੜਾ ਰਿਸ਼ਵਤ ਦੇ ਦਿੰਦਾ ਸੀ ਉਹਦਾ ਝੋਨਾ ਚੱਕਿਆ ਜਾਂਦਾ ਸੀ। ਨਾਲੇ ਝੋਨਾ ਇੰਨਾ ਲੇਟ ਹੋਇਆ ਕਿ ਕਣਕ ਫਸਲ ਵੀ ਹੁਣ ਲੇਟ ਹੋ ਗਈ। ਪਹਿਲੇ ਤਾਂ ਝੋਨੇ ਦੀ ਝਾੜ ਕੱਟਿਆ, 100 ਰੁਪਏ ਕੁਇੰਟਲ ਉਹਨੂੰ ਰਿਸ਼ਵਤ ਦੇਣੀ ਪਈ, ਹੁਣ ਕਣਕ ਲੇਟ ਹੋਈ ਤੇ ਕਣਕ ਦਾ ਝਾੜ ਵੀ ਘਟ ਜੂਗਾ। ਆ ਸਾਰਾ ਕੁਛ ਆ ਪੰਜਾਬ ਦੀ ਸਰਕਾਰ ਦੀ ਨੀਤੀ ਕਾਰਨ। ਹੁਣ ਗੰਨੇ ਦੀ ਗੱਲ ਲੈ ਲਓ, ਪਿਛਲੇ ਸਾਲ ਦੀ ਫਸਲ ਦੇ ਪੇਮੈਂਟ, ਤੁਹਾਡੀ ਜਿਹੜੀ ਫਸਲ ਵੇਚੀ ਤੁਸੀਂ, ਪਿਛਲੇ ਸਾਲ ਦੀ ਫਸਲ ਵੇਚੀ ਹੋਈ ਦੇ ਅੱਜ ਤੱਕ ਪੈਸਾ ਨਹੀਂ ਦਿੱਤਾ। ਅੱਜ ਦੀ ਤਰੀਕ 'ਚ 400 ਕਰੋੜ ਰੁਪਇਆ ਦੇਣ ਵਾਲਾ, 400 ਕਰੋੜ ਰੁਪਇਆ। ਕੋਈ ਫਰਕ ਨਹੀਂ, ਕੋਈ ਪਰਵਾਹ ਨਹੀਂ ਇਹਨਾਂ ਨੂੰ, ਕੋਈ ਫਿਕਰ ਨਹੀਂ। ਕੈਪਟਨ ਅਮਰਿੰਦਰ ਨੂੰ ਕੋਈ ਫਿਕਰ ਨਹੀਂ, ਕੋਈ ਪਰਵਾਹ ਨਹੀਂ। ਕਿਸਾਨ ਜਿਉਂਦੇ ਆ ਮਰਦੇ ਆ, ਉਹਨੇ ਤਾਂ ਮੁੱਖ ਮੰਤਰੀ ਬਣ ਗਿਆ, ਉਹਦੀ ਉਹਨੇ ਸੁਪਨਾ ਸੀ ਉਹਨੇ ਪੂਰਾ ਕਰ ਲਿਆ। ਆ ਕੋਈ ਮੁੱਖ ਮੰਤਰੀ ਆ ਪੰਜਾਬ ਦਾ ਅੱਜ? ਕਿਤੇ ਮੁੱਖ ਮੰਤਰੀ, ਮੈਂ ਕੱਲ੍ਹ ਉਹ ਸਾਹਿਬ ਨੂੰ ਬੈਠੇ ਸੀ ਮੇਰੇ ਨਾਲ, ਮੈਂ ਕੱਲ੍ਹ ਉਹ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਦੱਸੋ ਗੁਰਦਾਸਪੁਰ ਜ਼ਿਲ੍ਹੇ 'ਚ 2 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਬਣੇ ਨੂੰ, ਕਿੰਨੀ ਵਾਰ ਕੈਪਟਨ ਗੁਰਦਾਸਪੁਰ ਜ਼ਿਲ੍ਹੇ 'ਚ ਆਇਆ, ਕਿਸੇ ਪਿੰਡ 'ਚ ਆਇਆ, ਕਿਸੇ ਸ਼ਹਿਰ 'ਚ ਆਇਆ, ਕਿਸੇ ਮੰਡੀ 'ਚ ਆਇਆ? ਮੈਨੂੰ ਕਹਿ ਰਹੇ ਸੀ ਇੱਕ ਵਾਰ ਵੀ ਨਹੀਂ, ਇੱਕ ਦਿਨ ਨਹੀਂ ਆਇਆ। ਜਿਹੜਾ ਮੁੱਖ ਮੰਤਰੀ ਨਾ ਸ਼ਹਿਰ ਜਾਏ ਨਾ ਪੰਜਾਬ ਜਾਏ। ਪਰਸੋਂ ਜਿਹੜੀ ਮੇਰੀ ਸਿਕਿਉਰਿਟੀ 'ਚ, ਜਦੋਂ ਮੈਂ ਉਪ ਮੁੱਖ ਮੰਤਰੀ ਸੀ, ਮੇਰੀ ਸਿਕਿਉਰਿਟੀ 'ਚ ਇੱਕ DSP ਹੁੰਦਾ ਸੀ, ਉਹ DSP ਮੈਨੂੰ ਮਿਲਣ ਆਇਆ। ਅੱਜ ਕੱਲ੍ਹ ਉਹ ਲੱਗਿਆ ਕੈਪਟਨ ਅਮਰਿੰਦਰ ਸਿੰਘ ਦੀ ਸਿਕਿਉਰਿਟੀ 'ਚ ਲੱਗਿਆ, ਮੈਨੂੰ ਪਰਸੋਂ ਹੀ ਦੱਸ ਰਿਹਾ ਸੀ। ਕਹਿੰਦੇ ਜੀ 1.5 ਮਹੀਨਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ, ਇੱਕ ਵੀ ਪੰਜਾਬ ਦੇ ਵਾਸੀ ਨੂੰ ਮਿਲਿਆ, ਇੱਕ ਵੀ ਬੰਦੇ ਬੁੜੀ ਨੂੰ ਮਿਲਿਆ, ਇੱਕ ਵਾਰ ਵੀ ਨਹੀਂ, 1.5 ਮਹੀਨਿਆਂ 'ਚ ਇੱਕ ਬੰਦੇ ਨੂੰ ਨਹੀਂ ਮਿਲਿਆ। ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ TV।